ਦਾ ਪ੍ਰੋਟੈਸਟ ਕੀਤਾ ਸੀ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਪਾਸ ਕੀਤਾ ਹੈ ਵੀ ਸਾਰੇ ਹਿੰਦੁਸਤਾਨ ਦੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ, ਲੋਕਾਂ ਕੋਲ ਸਾਰੀ ਗੱਲ ਸਾਫ਼ ਹੋਵੇ, ਅੰਦੋਲਨ ਦੇ ਵਿੱਚ ਕੀ ਬਣ ਗਿਆ, ਕਿੱਥੇ ਖੜੀ ਹੈ ਸਰਕਾਰ, ਕੀ ਬੋਲਦੀ ਹੈ, ਉਹ ਗੱਲਾਂ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਜਿਹੜੇ ਲੋਕਾਂ ਦੇ ਅੰਦਰ ਗਲਤ ਫਹਿਮੀਆਂ ਚੱਲ ਰਹੀਆਂ ਨੇ ਵੀ ਅੰਦੋਲਨ ਖਿੰਡ ਗਿਆ ਜਥੇਬੰਦੀਆਂ ਪਾਰਟੀਆਂ, ਇਹ ਗੱਲ ਦਾ ਜਿਹੜਾ ਸੁਨੇਹਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਬੀਜੇਪੀ ਵੱਲੋਂ, ਉਹ ਵੀ 26 ਤਰੀਕ ਨਾਲ ਪਤਾ ਨਹੀਂ ਅੰਦੋਲਨ ਨੂੰ ਕਿੰਨੀ ਢਾਲ ਆ ਗਈ, ਉਹ ਸਾਰੀਆਂ ਗੱਲਾਂ ਧੋਣ ਵਾਸਤੇ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਵੱਡੇ ਵੱਡੇ ਪ੍ਰਦਰਸ਼ਨ ਕਰ ਰਹੇ ਹਾਂ। ਪੰਜਾਬ ਦੇ ਵਿੱਚ ਇੱਕ ਹੋਇਆ, ਇੱਕ ਅੱਧਾ ਹੋਰ ਹੋਊਗਾ ਇਹਦੇ ਮਹੀਨੇ ਦੇ ਵਿੱਚ, ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਪ੍ਰੋਗਰਾਮ ਲਈ ਚਾਹੁੰਦੇ ਬੋਲੋ ਸਰ। 26 ਤਰੀਕ ਦੇ ਦੁਆਰਾ ਕੋਲ ਦਿੱਤੀ ਹੈ ਤੁਸੀਂ ਕਿ 26 ਤਰੀਕ ਨੂੰ ਦੁਆਰਾ ਸਿਕੱਠੇ ਹੋਣਾ ਹੈ? 26 ਨੂੰ 26 ਤਰੀਕ ਜਿਹੜਾ ਆ ਦੁਆਰਾ ਕੋਲ ਦਿੱਤੀ ਹੈ ਦਿੱਲੀ ਵਾਸਤੇ? 26 ਤਰੀਕ ਨੂੰ ਕੋਈ ਕਾਲ ਨਹੀਂ ਦਿੱਤੀ ਦਿੱਲੀ ਵਾਸਤੇ, 26 ਦੀ ਕੋਈ ਕਾਲ ਨਹੀਂ ਹੈ ਦਿੱਲੀ ਵਾਸਤੇ। ਅਸੀਂ ਕਾਲ ਦਿੱਤੀ ਹੈ ਵੀ 14 ਤਰੀਕ ਨੂੰ ਜਿਹੜੇ ਪੁਲਵਾਮਾ ਸ਼ਹੀਦ ਹੋ ਗਏ ਉਹਨਾਂ ਨੂੰ ਲੈ ਕੇ, ਜਿਹੜੇ ਮੋਰਚੇ ਦੇ ਵਿੱਚ 214 ਬੰਦੇ ਸ਼ਹੀਦ ਹੋ ਗਏ ਉਹਨਾਂ ਨੂੰ ਪਿੰਡਾਂ ਦੇ ਵਿੱਚ ਮਿਸਾਲ ਮਾਰਚ ਅਤੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੀਤਾ ਜਾਊਗਾ ਰਾਤ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ। ਦੀਪ ਸਿੱਧੂ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਦੀਪ ਸਿੱਧੂ ਤੋਂ ਕੀ ਰੋਲ? ਉਹਦੇ ਬਾਰੇ ਮੈਂ ਤਾਂ ਕੀ ਕਹਿਣਾ, ਇਹ ਤਾਂ ਉਹਨੂੰ ਪੁੱਛੋ ਤੁਸੀਂ, ਮੈਂ ਤਾਂ ਕੀ ਕਹਿਣਾ, ਸਾਡਾ ਤਾਂ ਰੋਲ ਕੀ ਸੀਗਾ, ਉਹ ਥੋੜਾ ਸਮਰਥਨ ਸੀਗਾ ਉਹਦਾ ਰੋਲ ਤੋਂ ਤੁਹਾਡੇ ਸਾਹਮਣੇ ਹੈ। ਦੇਖੋ ਵੱਖਰਾ ਚੱਲਦਾ ਸੀ, ਉਹ ਵੱਖਰੀ ਆਪਦੀ ਪਲੈਨ ਸੀ, ਉਹਦੀ ਸਕੀਮ ਸੀ, ਇਹ ਤਾਂ ਉਹ ਜਾਣਦਾ। ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਣੀ? ਦੇਖੋ ਅੰਦੋਲਨ ਸਰਕਾਰ ਦੀ ਸਕੀਮ ਨਾਲ ਹੋਇਆ ਹੈ, ਸਰਕਾਰ ਨੇ ਕਰਵਾਇਆ, ਕੌਣ ਸੀ ਉਹਦੇ ਵਿੱਚ ਤੁਹਾਡੇ ਸਾਹਮਣੇ? ਗੁਰਰਾਜ ਸਾਹਿਬ ਤੁਸੀਂ ਵਾਪਸ ਕਿਉਂ ਆਏ ਹੋ ਇਸ ਵਕਤ? ਕਿਉਂਕਿ ਉੱਥੇ ਡਿਗੇ ਸਾਹਿਬ ਟਿਕੇ ਹੋਏ ਨੇ, ਤੇ ਤੁਸੀਂ ਦੁਬਾਰਾ ਪੰਜਾਬ ਆਉਣ ਦਾ ਮਕਸਦ ਕੀ ਹੈ? ਕਿੱਥੋਂ ਵਾਪਸ ਆਏ? ਉੱਥੇ ਬਾਰਡਰ ਤੋਂ ਅਸੀਂ ਇੱਥੇ ਸੱਦਾ ਸੀ ਸਾਡਾ, ਅੱਜ ਅਸੀਂ ਸਵੇਰੇ ਉੱਥੋਂ ਤੁਰੇ ਹਾਂ, ਆ ਉਹਦੇ ਕਾਲ ਸੀ ਜਿੱਥੋਂ ਦੇ ਇੱਥੇ ਸਟੇਜ 'ਤੇ ਆ ਕੇ ਬੋਲਣਾ ਸੀ, ਮੈਂ ਇਹ ਬੋਲਣ ਵਾਸਤੇ ਆਇਆ ਅਤੇ ਕੱਲ੍ਹ ਨੂੰ ਚਲੇ ਜਾਵਾਂਗੇ। ਅੱਗੇ ਤੁਹਾਡੀ ਕੀ ਰਣਨੀਤੀ ਹੈ? ਆਖਰੀ ਰਣਨੀਤੀ ਕੀ ਹੈ ਤੁਹਾਡੀ? ਆਖਰੀ ਰਣਨੀਤੀ ਮਾਰੀ ਅੰਦੋਲਨ, ਅੰਦੋਲਨ ਹੀ ਮਾਰੀ ਰਣਨੀਤੀ। ਪ੍ਰੋਟੈਸਟ ਕੀਤਾ ਸੀ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ 'ਚ ਪਾਸ ਕੀਤਾ ਹੈ ਵੀ ਸਾਰੇ ਹਿੰਦੁਸਤਾਨ ਦੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ, ਲੋਕਾਂ ਕੋਲ ਸਾਰੀ ਗੱਲ ਸਾਫ਼ ਹੋਵੇ, ਅੰਦੋਲਨ ਦੇ ਵਿੱਚ ਕੀ ਬਣ ਗਿਆ, ਕਿੱਥੇ ਖੜੀ ਹੈ ਸਰਕਾਰ, ਕੀ ਬੋਲਦੀ ਹੈ, ਉਹ ਗੱਲਾਂ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਜਿਹੜੇ ਲੋਕਾਂ ਦੇ ਅੰਦਰ ਗਲਤ ਫਹਿਮੀਆਂ ਚੱਲ ਰਹੀਆਂ ਨੇ ਵੀ ਅੰਦੋਲਨ ਖਿੰਡ ਗਿਆ ਜਥੇਬੰਦੀਆਂ ਪਾਰਟੀਆਂ, ਇਹ ਗੱਲ ਦਾ ਜਿਹੜਾ ਸੁਨੇਹਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਬੀਜੇਪੀ ਵੱਲੋਂ, ਉਹ ਵੀ 26 ਤਰੀਕ ਨਾਲ ਪਤਾ ਨਹੀਂ ਅੰਦੋਲਨ ਨੂੰ ਕਿੰਨੀ ਢਾਲ ਆ ਗਈ, ਉਹ ਸਾਰੀਆਂ ਗੱਲਾਂ ਧੋਣ ਵਾਸਤੇ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਵੱਡੇ ਵੱਡੇ ਪ੍ਰਦਰਸ਼ਨ ਕਰ ਰਹੇ ਹਾਂ। ਪੰਜਾਬ ਦੇ ਵਿੱਚ ਇੱਕ ਹੋਇਆ, ਇੱਕ ਅੱਧਾ ਹੋਰ ਹੋਊਗਾ ਇਹਦੇ ਮਹੀਨੇ ਦੇ ਵਿੱਚ, ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਪ੍ਰੋਗਰਾਮ ਲਈ ਚਾਹੁੰਦੇ। ਬੋਲੋ ਸਰ, 26 ਤਰੀਕ ਦੇ ਦੁਆਰਾ ਕੋਲ ਦਿੱਤੀ ਹੈ ਤੁਸੀਂ ਕਿ 26 ਤਰੀਕ ਨੂੰ ਦੁਆਰਾ ਸਿਕੱਠੇ ਹੋਣਾ ਹੈ? 26 ਨੂੰ 26 ਤਰੀਕ ਜਿਹੜਾ ਆ ਦੁਆਰਾ ਕੋਲ ਦਿੱਤੀ ਹੈ ਦਿੱਲੀ ਵਾਸਤੇ? 26 ਤਰੀਕ ਨੂੰ ਕੋਈ ਕਾਲ ਨਹੀਂ ਦਿੱਤੀ ਦਿੱਲੀ ਵਾਸਤੇ, 26 ਦੀ ਕੋਈ ਕਾਲ ਨਹੀਂ ਹੈ ਦਿੱਲੀ ਵਾਸਤੇ। ਅਸੀਂ ਕਾਲ ਦਿੱਤੀ ਹੈ ਵੀ 14 ਤਰੀਕ ਨੂੰ ਜਿਹੜੇ ਪੁਲਵਾਮਾ ਸ਼ਹੀਦ ਹੋ ਗਏ ਉਹਨਾਂ ਨੂੰ ਲੈ ਕੇ, ਜਿਹੜੇ ਮੋਰਚੇ ਦੇ ਵਿੱਚ 214 ਬੰਦੇ ਸ਼ਹੀਦ ਹੋ ਗਏ ਉਹਨਾਂ ਨੂੰ ਪਿੰਡਾਂ ਦੇ ਵਿੱਚ ਮਿਸਾਲ ਮਾਰਚ ਅਤੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੀਤਾ ਜਾਊਗਾ ਰਾਤ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ। ਦੀਪ ਸਿੱਧੂ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਦੀਪ ਸਿੱਧੂ ਤੋਂ ਕੀ ਰੋਲ? ਉਹਦੇ ਬਾਰੇ ਮੈਂ ਤਾਂ ਕੀ ਕਹਿਣਾ, ਇਹ ਤਾਂ ਉਹਨੂੰ ਪੁੱਛੋ ਤੁਸੀਂ, ਮੈਂ ਤਾਂ ਕੀ ਕਹਿਣਾ, ਸਾਡਾ ਤਾਂ ਰੋਲ ਕੀ ਸੀਗਾ, ਉਹ ਥੋੜਾ ਸਮਰਥਨ ਸੀਗਾ ਉਹਦਾ ਰੋਲ ਤੋਂ ਤੁਹਾਡੇ ਸਾਹਮਣੇ ਹੈ। ਦੇਖੋ ਵੱਖਰਾ ਚੱਲਦਾ ਸੀ, ਉਹ ਵੱਖਰੀ ਆਪਦੀ ਪਲੈਨ ਸੀ, ਉਹਦੀ ਆਪਾਂ ਸਕੀਮ ਸੀ, ਇਹ ਤਾਂ ਉਹ ਜਾਣਦਾ। ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਣੀ? ਦੇਖੋ ਅੰਦੋਲਨ ਸਰਕਾਰ ਦੀ ਸਕੀਮ ਨਾਲ ਹੋਇਆ ਹੈ, ਸਰਕਾਰ ਨੇ ਕਰਵਾਇਆ, ਕੌਣ ਸੀ ਉਹਦੇ ਵਿੱਚ ਤੁਹਾਡੇ ਸਾਹਮਣੇ? ਗੁਰਰਾਜ ਸਾਹਿਬ ਤੁਸੀਂ ਵਾਪਸ ਕਿਉਂ ਆਏ ਹੋ ਇਸ ਵਕਤ? ਕਿਉਂਕਿ ਉੱਥੇ ਡਿਗੇ ਸਾਹਿਬ ਟਿਕੇ ਹੋਏ ਨੇ, ਤੇ ਤੁਸੀਂ ਦੁਬਾਰਾ ਪੰਜਾਬ ਆਉਣ ਦਾ ਮਕਸਦ ਕੀ ਹੈ? ਕਿੱਥੋਂ ਵਾਪਸ ਆਏ? ਉੱਥੇ ਬਾਰਡਰ ਤੋਂ? ਅਸੀਂ ਇੱਥੇ ਸੱਦਾ ਸੀ ਸਾਡਾ, ਅੱਜ ਅਸੀਂ ਸਵੇਰੇ ਉੱਥੋਂ ਤੁਰੇ ਹਾਂ, ਆ ਉਹਦੇ ਕਾਲ ਸੀ ਜਿੱਥੋਂ ਦੇ ਇੱਥੇ ਸਟੇਜ 'ਤੇ ਆ ਕੇ ਬੋਲਣਾ ਸੀ, ਮੈਂ ਇਹ ਬੋਲਣ ਵਾਸਤੇ ਆਇਆ ਅਤੇ ਕੱਲ੍ਹ ਨੂੰ ਚਲੇ ਜਾਵਾਂਗੇ। ਅੱਗੇ ਤੁਹਾਡੀ ਕੀ ਰਣਨੀਤੀ ਹੈ? ਆਖਰੀ ਰਣਨੀਤੀ ਕੀ ਹੈ ਤੁਹਾਡੀ? ਆਖਰੀ ਰਣਨੀਤੀ ਮਾਰੀ ਅੰਦੋਲਨ, ਅੰਦੋਲਨ ਹੀ ਮਾਰੀ ਰਣਨੀਤੀ।